ਜੀ ਇੱਥੋਂ ਮੈਨੂੰ ਫੜ ਕੇ ਏਦਾਂ ਜੀ ਮੈਨੂੰ ਘੜੀਸਿਆ ਗਿਆ ਵਾ, ਮੇਰੇ ਮੁੱਕੀਆਂ ਵੀ ਮਾਰੀਆਂ ਗਈਆਂ, ਮੇਰੇ ਪਿੱਛੇ ਗਰਦਨ ਦੇ ਵੀ ਮੁੱਕੀਆਂ ਮਾਰੀਆਂ ਗਈਆਂ। ਪੁਲਿਸ ਆਈ ਉਦੋਂ ਵੀ ਉਹ ਮੁੰਡਾ ਜਿਹਨੇ ਕੁੱਟਮਾਰ ਕਰੀ ਗਾਲੀ ਗਲੋਚ ਕਰ ਰਿਹਾ ਸੀ, ਪੁਲਿਸ ਨਹੀਂ ਲੈ ਕੇ ਗਈ ਜੀ ਉਹਨੂੰ ਚੱਕ ਕੇ। ਮੈਡੀਕਲ ਕਰਾਉਣ ਤੋਂ ਬਾਅਦ ਜੀ ਥਾਣੇ ਵੀ ਦਿੱਤਾ ਗਿਆ ਮੈਡੀਕਲ, ਉਦੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਅਸੀਂ ਵਾਰ ਵਾਰ ਚੱਕਰ ਲਗਾ ਰਹੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੈ, ਕੋਈ ਕਾਰਵਾਈ ਨਹੀਂ ਹੈ ਸਾਡੀ। ਮੇਰੇ ਨਾਲ ਵੀ ਉਹਨੇ ਮੇਰੇ ਜੇਠ ਦੇ ਮੁੰਡੇ ਨੇ ਕੁੱਟਮਾਰ ਕਰੀ, ਮੇਰੇ ਬਾਲ ਘੜੀਸੇ, ਮੁੱਕੀਆਂ ਮਾਰੀਆਂ ਮੇਰੇ ਬਹੁਤ ਜ਼ਿਆਦਾ ਜੀ, ਮੈਨੂੰ ਘੜੀਸਿਆ ਗਿਆ ਉਸ ਘਰ ਦੇ ਵਿੱਚ। ਉਸਨੂੰ ਬਚਾਉਣ ਦੇ ਖਾਤਰ ਇੱਕ ਪਰਿਵਾਰ ਜਾਂਦਾ, ਲੇਕਿਨ ਉਸਦੇ ਨਾਲ ਵੀ ਕੁੱਟ ਮਾਰੋਗੇ। ਪੀੜਿਤ ਮਹਿਲਾ ਸਾਡੇ ਕੋਲ ਕੁੰਬਕਲਾ ਥਾਣੇ ਦੇ ਬਾਹਰ ਗੱਲਬਾਤ ਕਰਦੀ ਹੈ। ਕੀ ਨਾਮ ਹੈ ਜੀ ਆਪਣਾ? ਜਗਦੀਪ ਕੌਰ। 11 ਤਰੀਕ ਦਾ ਵਾਕਿਆ ਹੈ, ਹੋਇਆ ਕੀ? ਇਨਸੀਡੈਂਟ ਕੀ ਹੋਇਆ ਸੀ? ਕੌਣ ਸੀ ਉਹ ਮਹਿਲਾ ਜੋ ਤੁਹਾਡੇ ਕੋਲ ਆਈ, ਜਿਹਨੂੰ ਤੁਸੀਂ ਬਚਾਇਆ ਤੇ ਉਸ ਤੋਂ ਬਾਅਦ ਤੁਹਾਡੀ ਨਾਲ ਕੁੱਟਮਾਰ ਹੋਈ? ਉਹ ਸਾਡੀ ਨੂੰਹ ਹੀ ਸੀ ਜੀ, ਬੜੇ ਮੇਰੇ ਜੇਠ ਦੀ ਨੂੰਹ ਸੀਗੀ, ਸਾਡੀ ਵੀ ਨੂੰਹ ਹੀ ਲੱਗਦੀ ਹੈ ਜੀ। ਉਹਦੇ ਨਾਲ ਘਰੇ ਗਾਲੀ ਗਲੋਚ ਹੋਈ, ਉਹ ਰੋਂਦੀ ਹੋਈ ਭੱਜ ਕੇ ਸਾਡੇ ਘਰੇ ਆ ਗਈ ਵੀ ਆ ਜਾਓ ਮੈਨੂੰ ਬਚਾਓ। ਅਸੀਂ ਉਹਨੂੰ ਗਏ ਸੀ ਅਸੀਂ ਬਚਾਉਣ ਲਈ ਹੋਈ ਜੀ ਉਹਨੂੰ, ਤੇ ਜਦੋਂ ਅਸੀਂ ਗਏ ਮੇਰੇ ਨਾਲ ਵੀ ਉਹਨੇ ਮੇਰੇ ਜੇਠ ਦੇ ਮੁੰਡੇ ਨੇ ਕੁੱਟਮਾਰ ਕਰੀ, ਮੇਰੇ ਬਾਲ ਘੜੀਸੇ, ਮੁੱਕੀਆਂ ਮਾਰੀਆਂ ਮੇਰੇ ਬਹੁਤ ਜ਼ਿਆਦਾ ਜੀ, ਮੈਨੂੰ ਘੜੀਸਿਆ ਗਿਆ ਉਸ ਘਰ ਦੇ ਵਿੱਚ। ਜੋ ਤੁਹਾਡਾ ਘੜੀ ਤੁਹਾਨੂੰ ਜਦੋਂ ਘੜੀਸਿਆ ਗਿਆ ਥਾਣੇ ਤੇ ਮੌਕੇ ਤੇ ਪੁਲਿਸ ਆਈ? ਨਹੀਂ ਜੀ, ਪੁਲਿਸ ਆਈ ਉਦੋਂ ਵੀ ਉਹ ਮੁੰਡਾ ਜਿਹਨੇ ਕੁੱਟਮਾਰ ਕਰੀ ਗਾਲੀ ਗਲੋਚ ਕਰ ਰਿਹਾ ਸੀ, ਪੁਲਿਸ ਨਹੀਂ ਲੈ ਕੇ ਗਈ ਜੀ ਉਹਨੂੰ ਚੱਕ ਕੇ। ਪਰਿਵਾਰ ਨੇ ਜਿਹਨਾਂ ਤੁਹਾਡੇ ਨਾਲ ਕੁੱਟਮਾਰ ਕੀਤੀ ਉਹ ਮੌਕੇ ਤੇ ਕਿੱਥੇ ਹੈਗਾ ਇਸ ਸਮੇਂ? ਨਹੀਂ ਜੀ, ਉਹ ਫਰਾਰ ਆ ਜੀ, ਉਹ ਨੀ ਹੈਗਾ ਘਰੇ, ਨੀ ਹੈਗਾ ਉਹ, ਬਿਲਕੁਲ ਉਹ ਭੱਜਿਆ ਹੋਇਆ ਜੀ ਘਰੋਂ। ਤੁਹਾਡੇ ਨਾਲ ਕੀ ਕੀ ਕੁੱਟਮਾਰ ਕੀਤੀ? ਕਿੱਥੇ ਕਿੱਥੇ ਤੁਹਾਡੇ ਸ਼੍ਰੀ ਕੰਗਾਂ ਨੂੰ ਹੱਥ ਲਗਾਇਆ ਗਿਆ? ਤੁਹਾਡੀ ਬਾਲ ਵੀ ਤੁਸੀਂ ਕਹਿ ਰਹੇ ਖਿੱਚੇ ਗਏ? ਮੇਰੇ ਬਾਲ ਖੋਲੇ ਗਏ ਜੀ ਇੱਥੋਂ, ਮੈਨੂੰ ਫੜ ਕੇ ਏਦਾਂ ਜੀ ਮੈਨੂੰ ਘੜੀਸਿਆ ਗਿਆ ਵਾ, ਮੇਰੇ ਮੁੱਕੀਆਂ ਵੀ ਮਾਰੀਆਂ ਗਈਆਂ, ਮੇਰੇ ਪਿੱਛੇ ਗਰਦਨ ਦੇ ਵੀ ਮੁੱਕੀਆਂ ਮਾਰੀਆਂ ਗਈਆਂ। ਮੈਂ ਹੌਸਪੀਟਲ ਆਈ, ਮੇਰਾ ਇਲਾਜ ਹੋਇਆ ਜੀ, ਟੀਕੇ ਵਗੈਰਾ ਮੇਰੇ ਲਗਾਏ ਗਏ ਨੇ, ਮੈਂ ਕਿੰਨਾ ਚਿਰ ਹੌਸਪੀਟਲ ਦੇ ਵਿੱਚ ਰਹੀ ਆ। ਤੇ ਸਰਕਾਰੀ ਮੈਡੀਕਲ ਕਰਾਇਆ ਤੁਸੀਂ? ਹਾਂਜੀ ਕਰਵਾਇਆ ਜੀ ਮੈਡੀਕਲ। ਮੈਡੀਕਲ ਕਰਾਉਣ ਤੋਂ ਬਾਅਦ ਜੀ ਥਾਣੇ ਵੀ ਦਿੱਤਾ ਗਿਆ ਮੈਡੀਕਲ, ਉਦੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਕਾਰਵਾਈ ਕਿਉਂ ਨਹੀਂ ਹੋ ਰਹੀ? ਜਦੋਂ SHO ਨਾਲ ਗੱਲ ਸੀ ਕੀਤੀ ਤਾਂ ਉਹ ਕਹਿੰਦੇ ਕਿ ਮੈਡੀਕਲ ਦੇ ਬਿਹਾਫ ਤੇ ਜੋ ਵੀ ਫੈਂਸ ਹੋਣਗੇ ਲਗਾਏ ਜਾਣਗੇ। ਨਹੀਂ ਜੀ ਨਹੀਂ, ਸਾਨੂੰ ਅਸੀਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਕਿ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਨਾ ਪੁਲਿਸ ਨੇ। ਮਤਲਬ 11 ਤਰੀਕ ਨੂੰ ਜਦੋਂ ਅਸੀਂ ਇੱਥੇ ਰਿਪੋਰਟ ਦਿੱਤੀ ਆ, ਉਹ ਜਿਹੜੀ ਬਹੂ ਦੇ ਨਾਲ ਘੁੰਮੀ ਗਾਲੀ ਗਲੋਚ ਸੀ, ਉਹ ਵੀ ਸਾਡੇ ਨਾਲ ਆਈ ਸੀਗੀ। ਜਿਹੜੇ ਉਸ ਸਮੇਂ ਸ਼ਾਮ ਰਾਤ ਨੂੰ 9 ਵਜੇ ਦੇ ਆਸ ਪਾਸ ਪੁਲਿਸ ਵਾਲੇ ਇੱਕ ASA ਸੀਗਾ, ਇੱਕ ਕੋਂਸਟੇਬਲ ਸੀਗਾ, ਉਹ ਮਤਲਬ ਕਿ ਸਾਡੇ ਬਿਆਨ ਲੈ ਕੇ ਆ ਗਏ, ਕਹਿੰਦੇ ਆ ਕੇ ਤੁਸੀਂ ਰਿਪੋਰਟ ਦਿਓ। ਤੇ ਇਹਨਾਂ ਦਾ ਕੀ ਕਸੂਰ ਸੀਗਾ? ਇਹਨਾਂ ਦਾ ਕਸੂਰ, ਇਹ ਕੋਈ ਕਸੂਰ ਨਹੀਂ ਸੀਗਾ ਸਾਡਾ, ਅਸੀਂ ਤਾਂ ਸਿਰਫ ਉਹਨਾਂ ਦਾ ਰਾਜ਼ੀਨਾਮਾ ਕਰਵਾਉਣ ਹੀ ਗਏ ਸੀਗੇ ਘਰੇ। ਮਤਲਬ ਸਾਡੀ ਉਹ ਬਹੂ ਆ ਜਾਣੀ, ਮਤਲਬ ਇਸ ਤਰੀਕੇ ਨਾਲ ਉਹ ਸਾਨੂੰ ਕਹਿੰਦੇ ਸੀ ਮੈਨੂੰ ਬਚਾਓ, ਆ ਕੇ ਵੀ ਮੇਰਾ ਕੁੱਟਮਾਰ ਕਰਦਾ, ਗਾਲੀ ਗਲੋਚ ਕਰਦਾ, ਬਈ ਕਿਸੇ ਦੀ ਇੱਜ਼ਤ ਨਹੀਂ ਕਰਦਾ ਹੈਗਾ, ਕਿਸੇ ਤੋਂ ਮਨਦਾਰੀ ਵੀ ਚਾਚਾ ਜੀ ਤੁਹਾਡੀ ਗੱਲ ਸੁਣ ਲੈਂਦਾ ਮਾੜੀ ਮੋਟੀ, ਤੁਸੀਂ ਮੇਰੇ ਨਾਲ ਮੇਰੀ ਹੈਲਪ ਕਰੋ। ਜਦੋਂ ਅਸੀਂ ਉੱਥੇ ਗਏ ਤਾਂ ਮਤਲਬ ਸਾਡੀ ਵੀ ਉਹਨਾਂ ਨੇ ਇੱਜ਼ਤ ਨਹੀਂ ਕਰੀ, ਉਹਦੀ ਦਾਰੂ ਪੀਤੀ ਹੋਈ ਸੀਗੀ, ਤੇ ਉਸ ਤੋਂ ਬਾਅਦ ਮਤਲਬ ਕਿ ਸਾਡੇ ਨਾਲ ਗਾਲੀ ਗਲੋਚ ਕਰਨ ਲੱਗੇ, ਇਹ ਮੂਹਰੇ ਹੋ ਗਈ ਤਾਂ ਇਹਨੂੰ ਉਹਨੇ ਫੜ ਲਿਆ। ਮੇਰੀ ਵਾਈਫ ਹੈ ਜਗਦੀਪ ਕੌਰ, ਇਹਦੇ ਕੇਸਾਂ ਦੀ ਇਹਦੀ ਬੇਅਦਬੀ ਕੀਤੀ ਆ, ਔਰ ਇਹਦੇ ਆ ਜਵਾੜਾ ਜਿਹੜਾ ਹੈਗਾ ਇੱਥੇ ਉਹਨੇ ਮੁੱਕੀਆਂ ਮਾਰੀਆਂ, ਇੱਧਰਲੇ ਪਾਸੇ ਵੀ ਇਹਦੇ ਮਤਲਬ ਇਹਨੂੰ ਰਾਤ ਪੂਰੀ ਰਾਤ ਬੁਖਾਰ ਰਿਹਾ ਉਹ ਕੁੱਟ ਦੇ ਕਾਰਨ। ਮਤਲਬ ਇੰਨਾ ਸੰਤਾਪ ਝੇਲਿਆ ਇਹਨੇ ਥਾਣੇ ਕੁੰਬਕਲ ਦੇ ਬਾਹਰ, ਆ ਜਾ ਕੇ ਤੁਸੀਂ ਖੜ ਗਏ, ਅੱਜ ਵੀ ਨੀ ਕਾਰਵਾਈ? ਨਹੀਂ, ਹੁਣ ਆਪਾਂ ਮਤਲਬ ਅਜੇ ਤੱਕ ਨੀ ਹੋਈ ਹੈਗੀ, ਅਜੇ ਤੱਕ ਕਾਰਵਾਈ ਨਹੀਂ ਹੋਈ। ਉਹਨੂੰ ਪੁਲਿਸ ਫੜ ਕੇ ਇੱਥੇ ਲਿਆ ਕੇ ਉਹਨੂੰ ਅਰੈਸਟ ਨਹੀਂ ਕੀਤਾ, ਉਹਨੂੰ ਇੰਟਰੋਗੇਟ ਨਹੀਂ ਕੀਤਾ ਇਹਨਾਂ ਨੇ। ਅਸੀਂ ਵਾਰ ਵਾਰ ਚੱਕਰ ਲਗਾ ਰਹੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੈ, ਕੋਈ ਕਾਰਵਾਈ ਨਹੀਂ ਹੈ ਸਾਡੀ। ਤੁਹਾਨੂੰ ਕਿਹੜਾ ਡਰ ਲੱਗ ਰਿਹਾ?
ਮੈਨੂੰ ਡਰ ਤਾਂ ਲੱਗ ਰਿਹਾ, ਉਹਨੇ ਮੈਨੂੰ ਵੀ ਧਮਕੀ ਦਿੱਤੀ ਆ ਕਿ ਤੈਨੂੰ ਵੀ ਮੈਂ ਬਾੜ ਦੇਖ ਲਾਂਗਾ ਕਦੇ। ਉਹ ਫਿਰ ਮੈਂ ਵੀ ਉਹਨੂੰ ਕਿਹਾ ਕਿ ਕੋਈ ਨਾ ਠੀਕ ਆ। ਲੇਕਿਨ ਪੁਲਿਸ ਆ ਬੈਠੀ ਹੋਈ ਹੈ, ਪੁਲਿਸ ਨੂੰ ਦੱਸਿਆ ਤੁਸੀਂ? ਪੁਲਿਸ ਨੂੰ ਦੱਸਿਆ ਮੈਂ, ਉਹਨਾਂ ਨੂੰ ਕੰਪਲੇਂਟ ਲਿਖਾਈ ਆ, ਉਹਨਾਂ ਨੇ ਮੇਰੀ ਲਿਖੀ ਆ ਨਾਲ ਕੰਪਲੇਂਟ ਮੰਮੀ ਦੇ ਉਹਦੇ ਨਾਲ। ਇਨਸਾਫ ਕੀ ਚਾਹੁੰਦੇ ਆ? ਮੈਂ ਚਾਹੁੰਦੀ ਹਾਂ ਵੀ ਉਹਨੂੰ ਲਿਆਂਦਾ ਜਾਵੇ ਘੜੀਸ ਕੇ, ਕਿਉਂ ਨੀ ਲੈ ਕੇ ਆਉਂਦਾ ਹੁਣ ਤੱਕ, ਜਦੋਂ ਮੇਰੇ ਨਾਲ ਉਹਨਾਂ ਨੇ ਇੰਨਾ ਸਾਰੇ ਪਰਿਵਾਰ ਨੇ ਮੈਨੂੰ ਘੜੀਸਿਆ, ਮਾਰਿਆ, ਕੁੱਟਿਆ ਬਹੁਤ ਜ਼ਿਆਦਾ, ਉਹਨੂੰ ਕਿਉਂ ਨੀ ਲੈ ਕੇ ਆਉਂਦਾ ਗਿਆ? ਪੁਲਿਸ ਕੀ ਕਰ ਰਹੀ ਹੈ? ਇੱਕ ਮਹਿਲਾ ਹੋਣ ਦੇ ਨਾਤੇ, ਇੱਕ ਪੁਰਸ਼, ਮੇਲ ਪੁਰਸ਼ ਜੋ ਹੈ ਉਹ ਕਿਸੇ ਵੀ ਟੱਚ ਕਰਨਾ ਉਹਦਾ ਅਧਿਕਾਰ ਆ ਕਿਸੇ ਨੂੰ? ਦਾਰੂ ਪੀ ਕੇ ਉਹਨੇ ਇਸ ਤਰ੍ਹਾਂ ਦਾ ਕੰਮ ਕੀਤਾ, ਜਦੋਂ ਕਿ ਉਹਦੀ ਉਹ ਸਖੀ ਚਾਚੀ ਲੱਗਦੀ ਆ, ਉਹਨੇ ਚਾਚੀ ਦਾ ਵੀ ਇੱਜ਼ਤ ਨਹੀਂ ਕੀਤੀ। ਮਾਵਾਂ ਹੁੰਦੀਆਂ, ਚਾਚੀਆਂ ਮਾਵਾਂ ਦੇ ਸਮਾਨ ਹੁੰਦੀਆਂ ਨੇ। ਥਾਣਾ ਕੁਮਕਲ ਦੇ ਬਾਹਰ ਆ ਪਰਿਵਾਰ, ਪੀੜੀ ਪਰਿਵਾਰ ਹੈ, ਲੇਕਿਨ 11 ਤਰੀਕ ਦਾ ਵਾਕਿਆ, ਲੇਕਿਨ ਪਰਿਵਾਰ ਲਗਾਤਾਰ ਚੌਂਕੀ ਆਉਂਦਾ, ਚੌਂਕੀ ਲਗਾਤਾਰ ਥਾਣੇ ਆਉਂਦਾ, ਥਾਣੇ ਆ ਕੇ ਲਗਾਤਾਰ ਸੁਣਵਾਈ ਦੀ ਮੰਗ ਕਰਦਾ, ਲੇਕਿਨ ਪਰਿਵਾਰ ਇਹਨਾਂ ਦੇ ਕਹਿੰਦੇ ਮਤਲਬ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹ ਫਰਾਰ ਹੈ, ਲੇਕਿਨ ਪੁਲਿਸ ਦੇਖਦਿਆਂ ਦੇ ਵਿੱਚ ਨਵਾਂ ਰੋਲ ਅਦਾ ਕੀ ਕਰਦੀ ਹੈ ਕਿ ਮਹਿਲਾ ਨੇ ਆਪਣਾ ਮੈਡੀਕਲ ਵੀ ਦਿੱਤਾ, ਐਸ ਐਸ ਓ ਨਾਲ ਗੱਲਬਾਤ ਕਰਦੀ, ਐਸ ਐਸ ਓ ਨੂੰ ਪੁੱਛਦੇ ਹਾਂ ਕੁਮਕਲਾ ਦੇ ਕਿ ਇਸ ਮਾਮਲੇ ਦੇ ਉੱਤੇ ਕੀ ਕਾਰਵਾਈ ਕੀਤੀ। ਸਤਿ ਸ਼੍ਰੀ ਅਕਾਲ ਸਰ, ਵਿਸ਼ਾਲ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ, ਠੀਕ ਹੋ ਐਸ ਐਸ ਓ ਕੁਮਕਲਾ ਸਾਹਿਬ ਗੱਲ ਕਰ ਰਹੇ ਹੋ? ਹਾਂਜੀ 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 ਹਾਂਜੀ। ਸਰ, ਇੱਕ ਘੁਮਿਆਤ ਪਿੰਡ ਲੜਾਈ ਝਗੜਾ ਹੋਇਆ ਹੋਣਾ ਵਾ, ਕੋਈ ਮਹਿਲਾ ਉੱਥੇ ਗਈ ਹੋਣੀ ਹੈ, ਉਸ ਪਰਿਵਾਰ ਨੇ ਉਸ ਦਾ ਬਚਾਅ ਕੀਤਾ ਹੋਣਾ, ਫਿਰ ਉਹਨਾਂ ਕੁੱਟਮਾਰ ਹੋ ਗਈ ਹੋਣੀ ਹੈ, ਕੋਈ ਆਇਆ ਸਰ ਮਾਮਲਾ? ਬ੍ਰਦਰ ਮੌਕੇ ਤੇ ਚੱਲ ਗਏ ਸੀਗੇ, ਉੱਥੇ ਪੀਸੀਆਰ ਜੋ ਸੀਗਾ ਉਹਨਾਂ ਦਾ ਸ਼ਾਰਟ ਆਊਟ ਕਰ ਲਿਆ, ਰਿਟਰਨ ਚ ਕੰਪਲੇਂਟ ਲੈ ਲਈ, ਜੋ ਐਵੀਡੈਂਸ ਹੋਣਗੇ ਸਾਹਮਣੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕਰ ਦਿੱਤੀ ਜਾਊਗੀ। ਲੇਕਿਨ ਸਰ ਉਹ ਸਾਨੂੰ ਇੰਟਰਵਿਊ ਕਰਕੇ ਗਏ ਨੇ, ਇੰਟਰਵਿਊ ਦੇ ਰਹੇ ਨੇ ਸਾਨੂੰ ਉਹ, ਕਿ ਇੰਟਰਵਿਊ ਚ ਆ ਕਹਿ ਰਹੇ ਨੇ ਕਿ ਸਾਡੀ ਸੁਣਵਾਈ ਸੁਣਵਾਈ ਨਹੀਂ ਹੋ ਰਹੀ ਸਰ। ਬ੍ਰਦਰ ਉੱਥੇ ਪੁਲਿਸ ਮੌਕੇ ਤੇ ਗਈ ਹੈ ਜੀ ਜੀ, ਠੀਕ ਹੈ ਜੀ, ਜੋ ਐਵੀਡੈਂਸ ਸਾਡੇ ਸਾਹਮਣੇ ਆਊਗੀ, ਵਾਕਿਆ ਜੇ ਕੁੱਟਮਾਰ ਹੋਈ ਆ, ਕੋਈ ਮੈਡੀਕਲ ਲੀਗਲ ਰਿਪੋਰਟ ਕੋਈ ਹੈ ਉਹਨਾਂ ਕੋਲ, MLR ਵਗੈਰਾ? ਹਾਂ, MRL ਉਹਨਾਂ ਨੇ ਸਾਨੂੰ ਦਿਖਾਈ ਹੈ ਮੀਡੀਆ ਨੂੰ ਸਰ। ਕਿੱਥੇ, ਕਿੱਥੋਂ ਦੀ ਗੱਲ ਕਰਦੇ ਤੁਸੀਂ? ਇੱਕ ਘੁਮਿਆਰ ਪਿੰਡ, ਕੋਈ ਨੀ, ਜੇ MLR ਮੇਰੇ ਕੋਲ ਰਿਸੀਵ ਹੋਈ ਹੈ ਨਾ ਜੀ ਸਰ, ਉੱਥੇ ਜੋ ਐਸ ਪਰ ਜੋ ਡਾਕਟਰ ਓਪੀਨੀਅਨ ਦਊਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰ ਦਿੰਦੇ। ਬਹੁਤ ਬਹੁਤ ਸ਼ੁਕਰੀਆ ਸਰ। ਲੁਧਿਆਣਾ ਤੋਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।